ਹਿਮਾਚਲ ਦੇ ਵਿੱਚ ਜਿਹੜੀ ਸਾਡੇ ਪੰਜਾਬ ਦੇ ਡਰਾਈਵਰ ਵੀਰਾਂ ਨਾਲ ਜਿਹੜੀ ਕੁੱਟਮਾਰ ਹੋ ਰਹੀ ਆ, ਅਸੀਂ ਉਹਦੇ ਰੋਸ ਵਿੱਚ ਇੱਥੇ ਜਿਹੜਾ ਅਜਿਹੇ ਇਕੱਠ ਕੀਤਾ। ਸਾਡਾ ਵੀ ਇਹੀ ਉਹਨਾਂ ਸਰਕਾਰਾਂ ਨੂੰ ਸਵਾਲ ਆ ਵੀ ਸਾਡੀ ਸੇਫਟੀ ਕੀ ਆ। ਅਸੀਂ ਇੰਨਾ ਟੈਕਸ ਦਿੰਦੇ ਹਾਂ, ਸਰਕਾਰਾਂ ਨੂੰ ਇੰਨਾ ਰੈਵੀਨਿਊ ਦਿੰਦੇ ਹਾਂ, ਓਨੀ ਸਾਡੀ ਕਮਾਈ ਨਹੀਂ ਹੁੰਦੀ ਜਿੰਨਾ ਅਸੀਂ ਸਰਕਾਰ ਨੂੰ ਰੈਵੀਨਿਊ ਦਿੰਦੇ ਹਾਂ, ਕੋਈ ਸੇਫਟੀ ਹੈ ਨਹੀਂ ਸਾਡੀ। ਉਦੋਂ ਦਾ ਹਿਮਾਚਲ ਦੇ ਵਿੱਚ ਫਲੱਡ ਆਇਆ, ਸਾਨੂੰ ਇਹ ਲੱਗ ਰਿਹਾ ਵੀ ਉਹ ਸ਼ਾਇਦ ਫਲੱਡ ਹਿਮਾਚਲ ਦੇ ਵਿੱਚ ਨਹੀਂ, ਉਹ ਸਾਡੇ ਟੈਕਸਾਂ ਦੇ ਵਿੱਚ ਆ ਗਿਆ। ਕੋਈ ਵੀ ਡਰਾਈਵਰ ਜਿਹੜਾ ਇੱਕ ਸਟੇਅਰਿੰਗ 'ਤੇ ਬੈਠਾ, ਉਹ ਕਦੇ ਵੀ ਕੋਈ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀ ਹੋ ਜਾਏ, ਜਾਣ ਬੁੱਝ ਕੇ ਕੋਈ ਨਹੀਂ ਕਰਦਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਟੈਕਸੀ ਚਾਲਕਾਂ ਦੇ ਨਾਲ ਹੋ ਰਹੇ ਅਸ਼ਰ ਦੇ ਵਿਰੋਧ ਦੇ ਵਿੱਚ ਅੱਜ ਵੱਡਾ ਇਕੱਠ ਕੀਤਾ ਗਿਆ ਚੰਡੀਗੜ੍ਹ ਦੇ ਸੈਕਟਰ 25 ਦੇ ਮੈਦਾਨ ਦੇ ਵਿੱਚ। ਦੇਖ ਸਕਦੇ ਹੋ ਤਸਵੀਰਾਂ ਕਿ ਕਿੰਨਾ ਵੱਡਾ ਜਿਹੜਾ ਕਿ ਹਜ਼ੂਮ ਹੈ ਇੱਥੇ। ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਕਿ ਟੈਕਸੀ ਚਾਲਕ ਹੈਗੇ ਨੇ ਇੱਥੇ ਪਹੁੰਚੇ ਨੇ, ਕਿਉਂਕਿ ਜੋ ਤਸ਼ੱਦਦ ਹੋ ਰਿਹਾ ਹੈ ਪੰਜਾਬ ਦੇ ਟੈਕਸੀ ਚਾਲਕਾਂ ਦੇ ਨਾਲ ਹਿਮਾਚਲ ਦੇ ਵਿੱਚ, ਉਸ ਨੂੰ ਲੈ ਕੇ ਰੋਸ ਹੈ ਅਤੇ ਇਸ ਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਕਿ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਸਾਡੇ ਨਾਲ ਆਜ਼ਾਦ ਟੈਕਸੀ ਯੂਨੀਅਨ ਦੇ ਮੀਤ ਪ੍ਰਧਾਨ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਨੀ ਆ। ਸਤਿ ਸ਼੍ਰੀ ਅਕਾਲ ਬਾਈ ਜੀ, ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜੋ ਇਹ ਹਾਲਾਤ ਬਣ ਗਏ ਕਿ ਪੰਜਾਬ ਵਰਸਿਸ ਹਿਮਾਚਲ ਹੋ ਚੁੱਕਿਆ ਹੈ, ਕਿ ਉੱਧਰ ਜੇਕਰ ਕੋਈ ਟੈਕਸੀ ਚਾਲਕ ਜਾਂਦਾ ਪੰਜਾਬ ਦਾ ਤਾਂ ਉਸਦੇ ਨਾਲ ਤਸ਼ੱਦਦ ਕੀਤਾ ਜਾਂਦਾ ਹੈ, ਅਤੇ ਹੁਣ ਕਹਿ ਸਕਦੇ ਹਾਂ ਕਿ ਇਸਦਾ ਹੁਣ ਅਸਰ ਕੰਮ ਦੇ ਉੱਪਰ ਪੈਣਾ ਸ਼ੁਰੂ ਹੋ ਗਿਆ। ਬਿਲਕੁਲ ਜੀ, ਪਹਿਲਾਂ ਤਾਂ ਅਸੀਂ ਹਮਦਰਦ ਚੈਨਲ ਦਾ ਧੰਨਵਾਦ ਕਰਦੇ ਹਾਂ ਜਿਹੜਾ ਇਹ ਸਾਡੇ ਇਕੱਠ ਨੂੰ ਕਵਰੇਜ ਕਰ ਰਿਹਾ। ਸੋ ਜਿਹੜੀ ਤੁਸੀਂ ਗੱਲ ਕੀਤੀ ਆ ਪੰਜਾਬ ਇਜ਼ ਹਿਮਾਚਲ, ਬਿਲਕੁਲ ਇਹ ਬਣ ਚੁੱਕਿਆ ਜੀ। ਅਸੀਂ ਨਹੀਂ ਸੀ ਚਾਹੁੰਦੇ ਐਡਾ ਵੱਡਾ ਇਕੱਠ ਕਰਨਾ, ਅਸੀਂ ਨਹੀਂ ਸੀ ਚਾਹੁੰਦੇ ਅਸੀਂ ਲੜਾਈ ਝਗੜੇ ਵਾਲੇ ਪਾਸੇ ਜਾਣਾ, ਅਸੀਂ ਅੱਜ ਵੀ ਨਹੀਂ ਚਾਹੁੰਦੇ ਜੋ ਪੰਜਾਬ ਦੇ ਹਿਮਾਚਲ ਦੇ ਵਿੱਚ ਜਿਹੜੀ ਸਾਡੇ ਪੰਜਾਬ ਦੇ ਡਰਾਈਵਰ ਵੀਰਾਂ ਨਾਲ ਜਿਹੜੀ ਕੁੱਟਮਾਰ ਹੋ ਰਹੀ ਆ, ਅਸੀਂ ਉਹਦੇ ਰੋਸ ਵਿੱਚ ਇੱਥੇ ਜਿਹੜਾ ਅਜਿਹੇ ਇਕੱਠ ਕੀਤਾ। ਅਸੀਂ ਇਹਨਾਂ ਇਹਨਾਂ ਟੈਕਸ ਦੇਣ ਦੇ ਬਾਵਜੂਦ ਵੀ ਹਿਮਾਚਲ ਗੌਰਮੈਂਟ ਨੂੰ ਅਸੀਂ ਕਈ ਤਰ੍ਹਾਂ ਦੇ ਟੈਕਸ ਦਿੰਦੇ ਹਾਂ। ਆਲ ਇੰਡੀਆ ਸੈਂਟਰ ਗੌਰਮੈਂਟ ਨੂੰ ਅਸੀਂ ਅਲੱਗ ਟੈਕਸ ਦਿੰਦੇ ਹਾਂ, ਸਟੇਟ ਟੈਕਸ ਅਸੀਂ ਅਲੱਗ ਦਿੰਦੇ ਹਾਂ, ਉੱਪਰੋਂ ਹਿਮਾਚਲ ਦੇ ਵਿੱਚ ਇੱਕ ਜਿਹੜਾ ਦੋਹਰਾ ਗੁੰਡਾ ਟੈਕਸ ਲਾਇਆ ਹੋਇਆ ਉਹ ਵੀ ਦਿੰਦੇ ਹਾਂ। ਜਿਸ ਵੀ ਕਿਸੇ ਵੱਡੀ ਸਿਟੀ ਦੇ ਵਿੱਚ ਜਾਂਦੇ ਹਾਂ, ਜਿੱਦਾਂ ਹਿਮਾਚਲ ਦੇ ਵਿੱਚ ਮਨਾਲੀ ਦੇ ਵਿੱਚ ਜਾਂ ਸ਼ਿਮਲੇ ਦੇ ਵਿੱਚ, ਉੱਥੇ ਵੀ ਅਸੀਂ 300 ਰੁਪਏ ਦੀ ਪਰਚੀ ਜਿਹੜੀ ਆ ਪਰਚੀ ਦੇ ਰੂਪ ਦੇ ਵਿੱਚ ਅਸੀਂ ਟੈਕਸ ਦਿੰਦੇ ਹਾਂ। ਇੰਨਾ ਟੈਕਸ ਦੇਣ ਦੇ ਬਾਵਜੂਦ ਵੀ ਸਾਡਾ ਜਿਹੜਾ ਪੰਜਾਬ ਦਾ ਜਾਂ ਹਰਿਆਣੇ ਦਾ ਜਾਂ ਦਿੱਲੀ ਦਾ ਜਾਂ ਅਦਰ ਸਟੇਟ ਦਾ ਕਿਸੇ ਸਟੇਟ ਦਾ ਵੀ ਹਿਮਾਚਲ ਸਟੇਟ ਦੇ ਵਿੱਚ ਸਾਡਾ ਡਰਾਈਵਰ ਆ ਉਹ ਸੇਫ ਨਹੀਂ ਹੈਗਾ। ਸੋ ਇੰਨਾ ਟੈਕਸ ਦੇਣ ਦੇ ਬਾਵਜੂਦ ਵੀ ਸਾਡਾ ਜਿਹੜਾ ਡਰਾਈਵਰ ਸੇਫ ਨਹੀਂ ਹੈਗਾ, ਉੱਥੇ ਸਾਡੇ ਡਰਾਈਵਰਾਂ ਨਾਲ ਕੁੱਟਮਾਰ ਹੁੰਦੀ ਆ, ਕੁੱਟਮਾਰ ਤੋਂ ਬਾਅਦ ਉਹਨਾਂ ਨੂੰ ਡਰਾ ਧਮਕਾ ਕੇ ਜਿਹੜਾ ਉਹਨਾਂ ਤੋਂ ਰਾਜ਼ੀਨਾਮਾ ਲਿਖਾਇਆ ਜਾਂਦਾ। ਅਤੇ ਜਿਹੜੇ ਕੁੱਟਮਾਰ ਦਾ ਸ਼ਿਕਾਰ ਹੋਏ ਨੇ, ਕਿੰਨੇ ਪੰਜਾਬ ਦੇ ਜਿਹੜੇ ਕੇਸ ਹੈਗੇ ਨੇ ਚੰਡੀਗੜ੍ਹ ਦੇ, ਕਿੰਨੇ ਹੁਣ ਤੱਕ ਕੇਸ ਆ ਚੁੱਕੇ? ਦੇਖੋ ਜੀ, 4 ਤੋਂ 5 ਜਿਹੜੇ ਕੇਸ ਆ ਆਜ਼ਾਦ ਟੈਕਸੀ ਯੂਨੀਅਨ ਉਹਨਾਂ ਨੂੰ ਦੇਖ ਰਹੀ ਆ। ਆਜ਼ਾਦ ਟੈਕਸੀ ਯੂਨੀਅਨ ਦੀ ਦੇਖ ਰੇਖ ਦੇ ਵਿੱਚ ਉਹ ਕੇਸ ਜਿਹੜੇ ਅਸੀਂ ਅੱਗੇ ਉਹਨਾਂ 'ਤੇ ਕਾਰਵਾਈ ਕਰਾ ਰਹੇ ਹਾਂ। ਸੋ ਜਿਸ ਤਰ੍ਹਾਂ ਨਾਲ ਤੁਸੀਂ ਕਹਿ ਰਹੇ ਹੋ ਕਿ ਮੋਟੀ ਰਕਮ ਟੈਕਸ ਦੇ ਰੂਪ ਦੇ ਵਿੱਚ ਅਦਾ ਕੀਤੀ ਜਾਂਦੀ, ਪਰ ਡਰਾਈਵਰਾਂ ਦੀ ਸੁਰੱਖਿਆ ਦਾ ਜ਼ਿੰਮਾ ਫਿਰ ਕਿਉਂ ਨਹੀਂ ਚੱਕ ਰਹੀ ਪ੍ਰਸ਼ਾਸਨ ਹੋ ਗਿਆ? ਕਿਉਂ ਉਹ ਜਿਹੜਾ ਕਿ ਇੱਥੇ ਅਵੇਸਲਾਪਨ ਦਿਖਾ ਰਹੀ? ਦੇਖੋ ਜੀ, ਇਹੀ ਤਾਂ ਅਸੀਂ ਸਰਕਾਰਾਂ ਨੂੰ ਪੁੱਛਣਾ ਚਾਹੁੰਦੇ ਹਾਂ, ਖਾਸ ਕਰਕੇ ਹਿਮਾਚਲ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ, ਕਿਉਂਕਿ ਪੰਜਾਬ ਦਾ ਬਹੁਤ ਜ਼ਿਆਦਾ ਟੂਰਿਜ਼ਮ ਔਰ ਪੰਜਾਬ ਦੀ ਬਹੁਤ ਜ਼ਿਆਦਾ ਗੱਡੀ, ਪੰਜਾਬ ਦੇ ਬਹੁਤ ਜ਼ਿਆਦਾ ਡਰਾਈਵਰ ਹਿਮਾਚਲ ਦੇ ਵਿੱਚ ਘੁੰਮਣ ਫਿਰਨ ਲਈ ਜਾਂਦੇ ਆ, ਗੱਡੀਆਂ ਟੂਰਿਸਟ ਗੱਡੀਆਂ ਲੈ ਕੇ ਜਾਂਦੇ ਆ, ਕਸਟਮਰਾਂ ਨੂੰ ਲੈ ਕੇ ਜਾਂਦੇ ਆ ਘੁੰਮਣ ਫਿਰਾਉਣ ਵਾਸਤੇ। ਉੱਥੇ ਇੰਨਾ ਟੈਕਸ ਦੇਣ ਦੇ ਬਾਵਜੂਦ ਅਸੀਂ, ਸਾਡਾ ਵੀ ਇਹੀ ਉਹਨਾਂ ਸਰਕਾਰਾਂ ਨੂੰ ਸਵਾਲ ਆ ਵੀ ਸਾਡੀ ਸੇਫਟੀ ਕੀ ਆ। ਅਸੀਂ ਇੰਨਾ ਟੈਕਸ ਦਿੰਦੇ ਹਾਂ, ਸਰਕਾਰਾਂ ਨੂੰ ਇੰਨਾ ਰੈਵੀਨਿਊ ਦਿੰਦੇ ਹਾਂ, ਓਨੀ ਸਾਡੀ ਕਮਾਈ ਨਹੀਂ ਹੁੰਦੀ ਜਿੰਨਾ ਅਸੀਂ ਸਰਕਾਰ ਨੂੰ ਰੈਵੀਨਿਊ ਦਿੰਦੇ ਹਾਂ।
ਫਿਰ ਵੀ ਸਰਕਾਰ ਸਾਡੀ ਸੇਫਟੀ ਦੀ ਕੋਈ ਉੱਥੇ ਪੁਰਜ਼ੋਰ ਕੋਈ ਸੇਫਟੀ ਹੈ ਨਹੀਂ ਸਾਡੀ ਉੱਥੇ। ਜਿਹੜੇ ਕੇਸ ਹੁਣ ਆਜ਼ਾਦ ਟੈਕਸੀ ਯੂਨੀਅਨ ਦੇ ਆਏ ਨੇ, ਉਹਨਾਂ ਨੇ ਕੋਈ ਮੁੱਦਾ ਦੱਸਿਆ ਕਿ ਕਿਸ ਮੁੱਦੇ ਨੂੰ ਲੈ ਕੇ ਵਿਵਾਦ ਹੋਇਆ ਸੀ ਉਹਨਾਂ ਦਾ ਉੱਥੇ? ਦੇਖੋ ਜੀ, ਮੁੱਦਾ ਛੋਟੀ ਮੋਟੀ ਗੱਲ ਹੁੰਦੀ ਆ ਜਿਹਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ। ਉੱਥੇ ਜੋ ਉੱਥੋਂ ਦੇ ਲੋਕਲ ਨੇ ਜਾਂ ਲੋਕਲ ਡਰਾਈਵਰ ਨੇ ਜਾਂ ਲੋਕਲ ਸ਼ਰਾਰਤੀ ਅਨਸਰ ਨੇ, ਉਹ ਕਿਤੇ ਨਾ ਕਿਤੇ ਗੱਲ ਬਣਾ ਕੇ ਇੱਕ ਬਹਾਨਾ ਬਣਾ ਕੇ ਸਾਡੇ ਡਰਾਈਵਰਾਂ ਨਾਲ ਕੁੱਟਮਾਰ ਕਰਦੇ ਆ, ਜਿਹਦਾ ਕਿ ਕੋਈ ਵੀ ਇੱਦਾਂ ਦਾ ਕੋਈ ਵਜੂਦ ਨਹੀਂ ਹੁੰਦਾ, ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ, ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਕਿਉਂਕਿ ਸਾਨੂੰ ਵੀ ਪਤਾ ਸੀ ਅਦਰ ਸਟੇਟ ਦੇ ਵਿੱਚ ਹੈ, ਅਦਰ ਸਿਟੀ ਦੇ ਵਿੱਚ ਹੈ, ਸਾਡੇ ਡਰਾਈਵਰ ਭਰਾ ਉੱਥੇ ਜਾ ਕੇ ਨਹੀਂ ਬੋਲਾ ਚਾਲੀ ਕਰਦੇ। ਉੱਥੋਂ ਦੇ ਜਿਹੜੇ ਲੋਕਲ ਲੋਕ ਨੇ ਜਾਂ ਲੋਕਲ ਟੈਕਸੀ ਡਰਾਈਵਰ ਨੇ, ਉਹ ਵੀ ਨਾਲ ਲੱਗ ਕੇ ਸਾਡੇ ਡਰਾਈਵਰ ਦੀ ਕੁੱਟਮਾਰ ਕਰਦੇ ਨੇ। ਹੁਣ ਜੇਕਰ ਗੱਲ ਕੀਤੀ ਜਾਵੇ ਪੂਰੇ ਜਿਹੜੀ ਸਥਿਤੀ ਬਣੀ ਹੋਈ ਹੈ ਇਸ ਸਮੇਂ ਡਾਵਾਡੋਲ ਹੈਗੀ ਹੈ, ਤਾਂ ਕਿੰਨਾ ਕੁ ਇਫੈਕਟ ਪਿਆ ਇੱਥੇ ਆਜ਼ਾਦ ਟੈਕਸੀ ਯੂਨੀਅਨ ਦੇ ਵਪਾਰ 'ਤੇ? ਦੇਖੋ ਜੀ, ਬਿਲਕੁਲ ਇਫੈਕਟ ਪਿਆ, ਕਿਉਂਕਿ ਸੋਸ਼ਲ ਮੀਡੀਆ 'ਤੇ ਜੋ ਖਬਰਾਂ ਲੋਕ ਸੁਣਦੇ ਨੇ ਉਹਨਾਂ ਖਬਰਾਂ ਨੂੰ ਵੀ ਦੇਖ ਕੇ ਜਿਹੜਾ ਹਿਮਾਚਲ ਦਾ ਬਾਈਕਾਟ ਕੀਤਾ, ਹਿਮਾਚਲ ਦਾ ਬਾਈਕਾਟ ਕਰਕੇ ਲੋਕ J&K ਵੱਲ ਜਾ ਰਹੇ ਨੇ, ਰਾਜਸਥਾਨ ਵੱਲ ਜਾ ਰਹੇ ਨੇ, ਅਦਰ ਸਟੇਟ ਵੱਲ ਜਾ ਰਹੇ ਨੇ ਘੁੰਮਣ ਫਿਰਨ, ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਟੈਕਸੀ ਧੰਦੇ ਨੂੰ ਬਹੁਤ ਇਸ ਲੜਾਈ ਨੇ ਬਹੁਤ ਢਾਹ ਲਾਈ ਹੋਈ ਆ, ਬਹੁਤ ਅਸੀਂ ਘਾਟੇ ਦੇ ਵਿੱਚ ਜਾ ਰਹੇ ਹਾਂ, ਸਾਡਾ ਕੰਮ ਬਿਲਕੁਲ ਬੰਦ ਕੀਤਾ ਹੋਇਆ ਹਿਮਾਚਲ ਦੇ ਵਿੱਚ ਜਾਣਾ। ਸੋ ਜ਼ਿਲ੍ਹਾ ਪ੍ਰਧਾਨ ਵੀ ਮੌਜੂਦ ਨੇ ਸਰ, ਜਿਸ ਤਰ੍ਹਾਂ ਦੇ ਨਾਲ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ, ਜ਼ਾਹਰ ਜੀ ਗੱਲ ਹੈ ਕਿ ਸੈਲਾਨੀ ਜਿਹੜੇ ਕਿ ਸਫ਼ਰ ਕਰਦੇ ਨੇ ਉਹਨਾਂ ਦੇ ਮਨਾਂ ਵਿੱਚ ਵੀ ਜਿਹੜਾ ਕਿ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਹੋਣਾ, ਤਾਂ ਫਿਰ ਕਿੰਨਾ ਕੁ ਤੁਹਾਨੂੰ ਜਿਹੜਾ ਕਿ ਪ੍ਰੋਬਲਮ ਆ ਰਹੀ ਹੈਗੀ? ਪਹਿਲਾਂ ਤਾਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਹਮਦਰਦ TV ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜਿਹੇ ਸੱਦੇ 'ਤੇ ਸਾਡਾ ਇਹ ਕਵਰੇਜ ਕੀਤਾ। ਮੈਂ ਇੱਥੇ ਦੱਸਣਾ ਚਾਹੂੰਗਾ ਕਿ ਜਦੋਂ ਕੋਈ ਵੀ ਇਹੋ ਜਿਹੀ ਸਥਿਤੀ ਬਣਦੀ ਆ ਜਿੱਥੇ ਟੂਰਿਸਟ ਦੇ ਨਾਲ ਕੁੱਟਮਾਰ ਹੁੰਦੀ ਆ, ਉੱਥੇ ਨੈਚੁਰਲੀ ਆ ਵੀ ਜਿਹੜੀ ਸਵਾਰੀ ਆ, ਜਿਹੜਾ ਟੂਰਿਸਟ ਜਾ ਕੇ ਹਿਮਾਚਲ ਸਰਕਾਰ ਨੂੰ ਰੈਵਨਿਊ ਦਿੰਦਾ, ਉਹਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਬੈਠ ਜਾਂਦਾ, ਜਿਹਦਾ ਨੁਕਸਾਨ ਸਿੱਧੇ ਤੋਂ ਸਿੱਧਾ ਇੱਕ ਟੈਕਸੀ ਓਪਰੇਟਰ ਨੂੰ ਚੱਕਣਾ ਪੈਂਦਾ, ਕਿਉਂਕਿ ਗੱਡੀਆਂ ਘਰ ਖੜ੍ਹ ਜਾਂਦੀਆਂ ਨੇ। ਔਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਦੋਂ ਦਾ ਹਿਮਾਚਲ ਦੇ ਵਿੱਚ ਫਲੱਡ ਆਇਆ, ਸਾਨੂੰ ਇਹ ਲੱਗ ਰਿਹਾ ਵੀ ਉਹ ਸ਼ਾਇਦ ਫਲੱਡ ਹਿਮਾਚਲ ਦੇ ਵਿੱਚ ਨਹੀਂ, ਉਹ ਸਾਡੇ ਟੈਕਸਾਂ ਦੇ ਵਿੱਚ ਆ ਗਿਆ। ਉਹਦਾ ਕਾਰਨ ਇਹ ਆ, ਫਲੱਡ ਆਉਣ ਤੋਂ ਪਹਿਲਾਂ ਜੋ ਸਾਡੀ 6+1 ਗੱਡੀ ਆ ਉਹਦਾ ਜਿਹੜਾ ਟੈਕਸ ਸੀਗਾ ਕੁਆਟਰ ਦਾ ਮਾਤਰ 600 ਰੁਪਈਆ ਸੀ 3 ਮਹੀਨਿਆਂ ਦਾ। ਫਲੱਡ ਆਉਣ ਤੋਂ ਬਾਅਦ ਥੋੜ੍ਹਾ ਟਾਈਮ ਲਈ ਉਹ ਜਿਹੜਾ ਟੈਕਸ ਸੀਗਾ 220 ਰੁਪਏ ਪਰ ਡੇ ਕਰ ਦਿੱਤਾ ਗਿਆ, ਅਸੀਂ ਚੁੱਪ ਰਹੇ। ਉਸ ਤੋਂ ਬਾਅਦ ਹੁਣ ਹਿਮਾਚਲ ਸਰਕਾਰ ਨੇ 6+1 ਗੱਡੀ ਦਾ ਜਿਹੜਾ ਟੈਕਸ ਆ ਉਹ 545 ਰੁਪਏ ਪਰ ਡੇ ਕਰਤਾ। ਇਹ ਮੈਂ ਤੁਹਾਨੂੰ ਇੱਕ ਗੱਡੀ ਦੇ ਉਦਾਹਰਣ ਦੇ ਰਿਹਾ, ਇਹ ਜਿੱਦਾਂ ਜਿੱਦਾਂ ਸੀਟਾਂ ਵੱਧਦੀਆਂ ਰਹਿਣਗੀਆਂ ਉੱਦਾਂ ਉੱਦਾਂ ਜਿਹੜਾ ਟੈਕਸ ਆ ਉਹ ਵੱਧਦਾ ਰਹਿੰਦਾ। ਪਰ ਟੈਕਸ ਦੇ ਮਾਮਲੇ 'ਚ ਇੱਥੇ ਹੀ ਬੱਸ ਨਹੀਂ ਹੁੰਦੀ, ਜਿਹੜੀ ਗੱਡੀ ਚੰਡੀਗੜ੍ਹ ਤੋਂ ਇੱਕ ਟੂਰ ਲੈ ਕੇ ਮਨਾਲੀ ਦੀਆਂ ਵਾਦੀਆਂ 'ਚ ਘੁੰਮਣ ਜਾ ਰਹੀ ਆ ਉਹਨੂੰ 4 ਤਾਂ ਟੋਲ ਟੈਕਸ ਦੇਣੇ ਪੈਂਦੇ ਆ। ਟੋਲ ਟੈਕਸ ਦੇਣ ਤੋਂ ਬਾਅਦ ਜਦੋਂ ਅਸੀਂ ਨੇ ਹਿਮਾਚਲ ਐਂਟਰ ਕਰਨਾ ਤਾਂ ਛੋਟੀ ਗੱਡੀ ਦਾ 100 ਰੁਪਈਆ, ਉਸ ਤੋਂ ਥੋੜ੍ਹੀ ਵੱਡੀ ਗੱਡੀ ਦਾ 200, ਟੈਂਪੂ ਡਰਾਈਵਰ 17 ਸੀਟਰ ਦਾ 500 ਰੁਪਈਆ ਐਂਟਰੀ ਦੇ ਨਾਂ 'ਤੇ ਟੈਕਸ ਲਿਆ ਜਾਂਦਾ, ਜਿਸ ਨੂੰ ਕਿ ਐਂਟਰੀ ਟੈਕਸ ਕਿਹਾ ਜਾਂਦਾ। ਉਸ ਤੋਂ ਬਾਅਦ ਜਦੋਂ ਸਾਡੀ ਗੱਡੀ ਮਨਾਲੀ ਐਂਟਰ ਕਰਦੀ ਆ ਤਾਂ ਮਨਾਲੀ 300 ਰੁਪਈਏ ਦੀ ਜਿਹੜੀ ਗ੍ਰੀਨ ਟੈਕਸ ਦੇ ਨਾਂ 'ਤੇ 6+1 ਗੱਡੀ ਦੀ ਪਰਚੀ ਕੱਟੀ ਜਾਂਦੀ ਆ। ਉਸ ਤੋਂ ਬਾਅਦ ਅਸੀਂ ਜਦੋਂ 25-30 ਕਿਲੋਮੀਟਰ ਦਾ ਸਫ਼ਰ ਕਰਕੇ ਅਟਲ ਟਰਨਲ ਤੋਂ ਅੱਗੇ ਜਾਂਦੇ ਹਾਂ ਤਾਂ ਕੋਕਸਰ ਉੱਥੋਂ 7 ਕਿਲੋਮੀਟਰ ਹੈ ਅਟਲ ਟਰਨਲ ਤੋਂ,
ਉੱਥੇ ਵੀ 300 ਰੁਪਏ ਦੀ ਪਰਚੀ ਲੱਗਦੀ ਹੈ। ਜਦੋਂ ਤੁਸੀਂ 7 ਕਿਲੋਮੀਟਰ ਪਿੱਛੇ ਵਾਪਸ ਆਉਣਾ 4 ਕਿਲੋਮੀਟਰ ਤੋਂ ਸ਼ੀਸ਼ੂ ਪੈਂਦਾ ਤਾਂ ਉੱਥੇ ਵੀ ਤੁਹਾਨੂੰ 300 ਦੀ ਪਰਚੀ ਦੇਣੀ ਪਊ। ਇਹ ਇੱਥੇ ਬਸ ਨਹੀਂ ਹੋ ਜਾਂਦਾ, ਉਸ ਤੋਂ ਬਾਅਦ ਜਦੋਂ ਤੁਸੀਂ ਮਨੀਕਰਨ ਸਾਹਿਬ ਜਾਓਗੇ ਤਾਂ ਉੱਥੇ ਵੀ ਤੁਹਾਨੂੰ 300 ਰੁਪਇਆ ਪੇ ਕਰਨਾ ਪਊ। ਇੰਨੇ ਟੈਕਸ ਦੇਣ ਦੇ ਬਾਵਜੂਦ ਵੀ ਟੈਕਸੀ ਚਾਲਕ ਸੁਰੱਖਿਅਤ ਨਹੀਂ ਜੀ? ਸਾਡਾ ਟੈਕਸੀ ਡਰਾਈਵਰ ਭਰਾ ਕੋਈ ਵੀ ਆ, ਵੈਸੇ ਤਾਂ ਮੈਂ ਸਾਰੇ ਡਰਾਈਵਰਾਂ ਦੀ ਗੱਲ ਕਰੂੰਗਾ, ਕੋਈ ਵੀ ਡਰਾਈਵਰ ਜਿਹੜਾ ਇੱਕ ਸਟੇਅਰਿੰਗ 'ਤੇ ਬੈਠਾ ਉਹ ਕਦੇ ਵੀ ਕੋਈ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀ ਹੋ ਜੇ ਜਾਣ ਬੁੱਝ ਕੇ ਕੋਈ ਨਹੀਂ ਕਰਦਾ। ਇਹ ਅਕਸਰ ਕਹਿ ਦਿੱਤਾ ਜਾਂਦਾ ਕਿ ਜਿਹੜਾ ਪੰਜਾਬ ਦਾ ਟੈਕਸੀ ਚਾਲਕ ਹੈ ਉੱਥੋਂ ਦੀ ਲੋਕਲ ਸਵਾਰੀ ਨੂੰ ਪ੍ਰਭਾਵਿਤ ਕਰਦਾ, ਉਹਨਾਂ ਦੇ ਵਪਾਰ ਦੇ ਉੱਪਰ ਅਸਰ ਪੈ ਰਿਹਾ। ਇਹ ਜਿਹੜਾ ਇਲਜ਼ਾਮ ਹੈ ਬਿਲਕੁਲ ਗਲਤ ਹੈ। ਇੱਥੋਂ ਜਾਣ ਵਾਲੀ ਸਵਾਰੀ ਜੋ ਅਸੀਂ ਲੈ ਕੇ ਜਾਂਦੇ ਹਾਂ, ਸਾਡੀ ਗੱਡੀ ਉੱਥੇ ਇੱਕ ਕੀ ਸਿਸਟਮ ਹੈ ਕਿ ਮਨਾਲੀ ਤੋਂ ਜੇ ਤੁਸੀਂ ਰੋਹਤਾਂਗ ਜਾਣਾ 53 ਕਿਲੋਮੀਟਰ ਤਾਂ ਉੱਥੇ ਤੁਹਾਨੂੰ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ ਪ੍ਰਸ਼ਾਸਨ ਤੋਂ, ਜੋ ਕਿ ਔਨਲਾਈਨ ਮਿਲਦੀ ਆ, ਪਰ ਅਫਸੋਸ ਉਹ ਬਾਹਰ ਦੀ ਗੱਡੀ ਨੂੰ ਨਹੀਂ ਮਿਲਦੀ, ਉਹ ਲੋਕਲ ਗੱਡੀ ਨੂੰ ਹੀ ਪਹਿਲ ਦਿੱਤੀ ਜਾਂਦੀ ਆ। ਉੱਥੇ ਉਹਦੇ ਵਿੱਚ ਕੀ ਹੈ ਉਹਨਾਂ ਦਾ ਜਿਹੜਾ ਰੇਟ ਆ, ਹੁਣ ਤੁਸੀਂ ਇਹ ਦੇਖੋ ਆ ਪਿੱਛੇ ਕੈਮਰਾਮੈਨ ਨੂੰ ਕਹੂੰਗਾ ਮੈਂ ਗੱਡੀਆਂ ਦਿਖਾ ਦੇਣ ਕਿੰਨੀਆਂ ਨਵੀਆਂ ਗੱਡੀਆਂ ਨੇ। ਕੋਈ ਗੱਡੀ ਆ ਜਿਹੜੀ ਉਹ 12 ਲੱਖ ਤੋਂ ਲੈ ਕੇ 25 ਲੱਖ, 27 ਲੱਖ, 28 ਲੱਖ ਰੁਪਏ ਦੀ ਹੈ ਇੱਕ ਗੱਡੀ। ਉੱਥੇ ਹਿਮਾਚਲ ਦੇ ਵਿੱਚ ਸਿਰਫ ਇੱਕ ਗੱਡੀ ਚੱਲਦੀ ਆ, ਟਾਟਾ ਸੂਮੋ ਜਾਂ ਫਿਰ ਅਲਟੋ, ਜੋ ਮਹਿਜ 1.5 ਲੱਖ 2 ਲੱਖ ਰੁਪਏ ਦੀ ਹੁੰਦੀ ਹੈ। ਅਸੀਂ ਉਹਨਾਂ ਦਾ ਕੋਈ ਕੰਮ ਨਹੀਂ ਖਰਾਬ ਕਰਦੇ, ਅਸੀਂ ਉਹਨਾਂ ਨੂੰ ਜਾ ਕੇ ਬਲ ਕੇ ਕੰਮ ਦਿੰਦੇ ਹਾਂ, ਕਿਉਂਕਿ ਜਿਹੜੀ ਗੱਡੀ ਚੰਡੀਗੜ੍ਹ ਤੋਂ ਮਨਾਲੀ ਜਾਂਦੀ ਆ ਉਹ ਰੋਹਤਾਂਗ ਲਈ ਨਹੀਂ ਜਾ ਸਕਦੀ। ਪਰ ਤੁਹਾਨੂੰ ਇਹ ਸੋਚ ਕੇ ਜਾਣ ਕੇ ਹੈਰਾਨੀ ਹੋਊਗੀ ਕਿ 53 ਕਿਲੋਮੀਟਰ ਦਾ ਜਿਹੜਾ ਫੇਅਰ ਆ ਉਹ 10 ਤੋਂ 12 ਹਜ਼ਾਰ ਰੁਪਇਆ ਕੋਸਟ ਕਰਦੀ ਹੈ ਮਨਾਲੀ ਵਾਲੇ ਲੋਕ ਜੋ ਟੈਕਸੀ ਆਪਰੇਟਰ ਆ। ਸ਼ਰਿਆਮ ਲੁੱਟ ਆ, ਬਿਲਕੁਲ ਲੁੱਟ ਆ, ਅਤੇ ਉਹਨਾਂ ਨੂੰ ਕੋਈ ਟੈਕਸ ਵੀ ਨਹੀਂ ਪੈਂਦਾ। ਟੈਕਸ ਜੇ ਹਿਮਾਚਲ ਦੇ ਟੈਕਸ ਦੀ ਗੱਲ ਕਰੀਏ ਹਿਮਾਚਲ ਦੀਆਂ ਗੱਡੀਆਂ ਲਈ ਤਾਂ ਉਹ ਬਿਲਕੁਲ 0 ਵਰਗਾ ਟੈਕਸ ਆ, ਕੋਈ ਐਡਾ ਖਾਸ ਟੈਕਸ ਨਹੀਂ। ਅਸੀਂ ਬਾਹਰਲੀਆਂ ਸਟੇਟਾਂ ਦੀ ਤਾਂ ਕੀ ਗੱਲ ਕਰੀਏ, ਸਾਡੀ ਜਿਹੜੀ ਆਪਦੀ ਸਰਕਾਰ ਆ, ਸਾਡੀ ਪੰਜਾਬ ਸਰਕਾਰ ਆ, ਸਾਨੂੰ ਉਹੀ ਆਤਮ ਨਿਰਭਰ ਹੋਣ ਤੋਂ ਰੋਕ ਰਹੀ ਆ। ਇਸ ਮੁੱਦੇ ਨੂੰ ਲੈ ਕੇ ਜਿਹੜਾ ਇਸ ਸਮੇਂ ਜੋ ਹਾਲਾਤ ਹੈਗੇ ਟੈਕਸੀ ਚਾਲਕਾਂ ਦੇ, ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਪ੍ਰਸ਼ਾਸਨ ਤੱਕ? ਪ੍ਰਸ਼ਾਸਨ ਨਾਲ ਸਾਡਾ ਸੰਪਰਕ ਹੁੰਦਾ ਰਹਿੰਦਾ, ਪਰ ਅਜੇ ਤੱਕ ਸਾਨੂੰ ਕੋਈ ਪੁਖਤਾ ਜਿਹੜਾ ਜਵਾਬ ਆ ਉਹ ਅਜੇ ਤੱਕ ਨਹੀਂ ਦਿੱਤਾ ਗਿਆ। ਅਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਮੈਂ CM ਸਿਟੀ ਤੋਂ ਹਾਂ, ਸਾਡੀ ਆਪਣੇ ਹੱਥੀਂ ਚੁਣੀ ਹੋਈ ਸਰਕਾਰ ਆ ਆਮ ਆਦਮੀ ਪਾਰਟੀ ਦੀ, ਅਤੇ ਧੂਰੀ ਦਾ ਮੈਂ ਰਹਿਣ ਵਾਲਾ, ਜਿੱਥੇ ਦੇ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ MLA ਵੀ ਨੇ। ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦੇ ਅਸੀਂ ਇੱਕ ਮੀਟਿੰਗ ਦਾ ਸਮਾਂ ਮੰਗ ਰਹੇ ਹਾਂ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਕੇ CM ਸਾਹਿਬ ਨਾਲ, ਸਾਨੂੰ ਇੱਕ ਮੀਟਿੰਗ ਦਾ ਜਿਹੜਾ ਸਮਾਂ ਦਿੱਤਾ ਜਾਵੇ। ਪਰ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਸਾਨੂੰ ਜਿਹੜਾ ਮੀਟਿੰਗ ਦਾ ਜਿਹੜਾ ਸਮਾਂ ਉਹ ਨਹੀਂ ਮਿਲਿਆ। ਇਹਦੇ ਲਈ ਅਸੀਂ ਜਿੰਨੇ MLA ਸਾਹਿਬਾਨ ਆ ਸਾਰਿਆਂ ਨੂੰ ਇੱਕ ਮੰਗ ਪੱਤਰ ਵੀ ਦੇ ਚੁੱਕੇ ਹਾਂ। ਸਾਡੀ ਮੰਗ ਇਹ ਹੈ ਕਿ ਜਿਹੜੀ ਮੀਟਿੰਗ ਸਾਡੀ CM ਸਾਹਿਬ ਨਾਲ ਹੋਣੀ ਆ ਉਹਦੇ ਵਿੱਚ ਟਰਾਂਸਪੋਰਟ ਸੈਕਟਰੀ ਅਤੇ ਜਿੰਨੇ RTO ਸਾਹਿਬਾਨ ਨੇ ਉਹ ਮੌਜੂਦ ਹੋਣੇ ਚਾਹੀਦੇ ਆ, ਕਿਉਂਕਿ ਜਿਹੜੀਆਂ ਸਾਡੇ ਮੰਗ ਲਾ ਲਓ, ਸਾਡੀਆਂ ਸੁਝਾਅ ਲਾ ਲਓ, ਉਹ ਆਉਣ ਦੀ ਟੇਬਲ ਹੱਲ ਹੋਣ ਵਾਲੇ ਮਸਲੇ ਆ। ਕੋਈ ਉਹਦੇ ਵਿੱਚ ਸਰਕਾਰ ਨੂੰ ਸੋਚਣਾ ਨਹੀਂ, ਸਰਕਾਰ ਤੋਂ ਅਸੀਂ ਕੋਈ ਮੰਗ ਨਹੀਂ ਰਹੇ, ਸਰਕਾਰ ਤੋਂ ਅਸੀਂ ਕੋਈ ਪੈਸੇ ਦੀ ਮੰਗ ਨਹੀਂ ਕਰਦੇ। ਅਸੀਂ ਸਰਕਾਰ ਨੂੰ ਸਿਰਫ ਦੱਸਣਾ ਚਾਹੁੰਦੇ ਹਾਂ ਕਿ ਜਿੱਦਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਟੈਕਸ ਆ ਉੱਦਾਂ ਸਾਡਾ ਵੀ ਕੀਤਾ ਜਾਵੇ, ਜਿਹਦੇ ਨਾਲ ਕਿ ਪੰਜਾਬ ਸਰਕਾਰ ਦਾ ਰੈਵਨਿਊ ਵੀ ਵਧੂਗਾ। ਸੋ ਜਿਸ ਤਰ੍ਹਾਂ ਦੇ ਨਾਲ ਤਮਾਮ ਮੁੱਦੇ ਜਿਹੜੇ ਹੈਗੇ ਨੇ ਟੈਕਸੀ ਚਾਲਕਾਂ ਦੇ, ਤਾਂ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇੱਕ ਮੀਟਿੰਗ ਜਿਹੜੀ ਮੰਗ ਕਰ ਰਹੇ ਨੇ, ਤਸਵੀਰਾਂ ਇੱਕ ਵਾਰ ਫਿਰ ਤੋਂ ਸਾਂਝੀਆਂ ਕਰਾਂਗੇ ਕਿ ਇੱਥੇ ਸੈਂਕੜੇ ਨਹੀਂ ਸਗੋਂ ਹਜ਼ਾਰਾਂ ਦੀ ਤਾਦਾਦ ਦੇ ਵੀ ਜਿਹੜੇ ਕਿ ਇਹ ਆਜ਼ਾਦ ਟੈਕਸੀ ਯੂਨੀਅਨ ਦੇ ਨਾਲ ਜੁੜੇ ਹੋਏ ਟੈਕਸੀ ਚਾਲਕ ਹੈਗੇ ਨੇ ਇਸ ਭਰਵੇਂ ਇਕੱਠ ਦੇ ਵਿੱਚ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ
ਜਿਹੜਾ ਕਿ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਅਤੇ ਦੂਜੀ ਤਸਵੀਰ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਜਿਹੜੀਆਂ ਗੱਡੀਆਂ ਸੜਕਾਂ ਦੇ ਉੱਪਰ ਸਵਾਰੀਆਂ ਲੈ ਕੇ ਤੁਹਾਨੂੰ ਦੌੜਦੀਆਂ ਹੋਈਆਂ ਆਮ ਨਜ਼ਰ ਆਉਂਦੀਆਂ ਸਨ, ਉਹ ਅੱਜ ਚੰਡੀਗੜ੍ਹ ਦੇ ਵਿੱਚ ਇਹਨਾਂ ਗੱਡੀਆਂ ਦੇ ਜਿਹੜੇ ਚੱਕੇ ਜਾਮ ਤੁਹਾਨੂੰ ਨਜ਼ਰ ਆਉਣਗੇ, ਭਾਵੇਂ ਉਹ ਟੈਂਪੂ ਟਰੈਵਲ ਹੋਵੇ ਵੱਡੀਆਂ ਗੱਡੀਆਂ ਜਾਂ ਫਿਰ ਜਿਹੜੇ ਕਿ ਇਨੋਵਾ ਟੈਕਸੀ ਹੋਵੇ ਜਾਂ ਫਿਰ ਜਿੰਨੀਆਂ ਵੀ ਟੈਕਸੀਆਂ ਹੁੰਦੀਆਂ ਨੇ ਅੱਜ ਇੱਥੇ ਚੰਡੀਗੜ੍ਹ ਦੇ ਜਿਹੜੇ ਕਿ 25 ਸੈਕਟਰ ਦੇ ਵਿੱਚ ਤੁਹਾਨੂੰ ਖੜੀਆਂ ਹੋਈਆਂ ਨਜ਼ਰ ਆਉਣਗੇ, ਕਿਉਂਕਿ ਜੋ ਇੱਥੇ ਪੰਜਾਬ ਅਤੇ ਹਿਮਾਚਲ ਦਾ ਜਿਹੜਾ ਕਿ ਵਰਸਿਸ ਵਾਲੀ ਸਥਿਤੀ ਬਣੀ ਹੋਈ ਹੈ, ਇਸ ਤੋਂ ਟੈਕਸੀ ਡਰਾਈਵਰ ਅੱਕ ਚੁੱਕੇ ਨੇ, ਕਿਉਂਕਿ ਜਦੋਂ ਟੈਕਸੀ ਚਾਲਕ ਪੰਜਾਬ ਜਾਂ ਚੰਡੀਗੜ੍ਹ ਤੋਂ ਸਵਾਰੀ ਲੈ ਕੇ ਹਿਮਾਚਲ ਜਾਂਦਾ ਤਾਂ ਉੱਥੇ ਉਸਦੇ ਨਾਲ ਧੱਕੇਸ਼ਾਹੀ ਹੁੰਦੀ ਹੈ, ਇਹ ਇਲਜ਼ਾਮ ਲਗਾਏ ਜਾ ਰਹੇ ਅਤੇ ਇਸੇ ਨੂੰ ਲੈ ਕੇ ਅਜਿਹਾ ਕਿ ਇਹ ਭਰਮਾ ਇਕੱਠ ਕੀਤਾ ਗਿਆ ਅਤੇ ਨਾਲ ਹੀ ਜਿੰਨੇ ਵੀ ਇਹ ਟੈਕਸੀ ਓਪਰੇਟਰ ਨੇ ਇਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਸਲੇ ਵੱਲ ਧਿਆਨ ਦੇਣ ਤਾਂ ਕਿ ਜੋ ਵੀ ਇੱਥੇ ਹਾਲਾਤ ਹੈਗੇ ਨੇ ਉਹ ਤਾਂ ਹੀ ਸੁਧਰ ਸਕਦੇ ਨੇ ਜੇਕਰ ਇਹਨਾਂ ਮਸਲਿਆਂ ਦਾ ਹੱਲ ਹੋਵੇਗਾ। ਅਪਡੇਟ ਲਈ ਜੁੜੇ ਰਹੋ ਹਮਦਰਦ ਟੀਵੀ ਨਾਲ, ਕੈਮਰਾ ਪਰਸਨ ਮੋਹਨ ਦੇ ਨਾਲ ਪਰਵਿੰਦਰ, ਚੰਡੀਗੜ੍ਹ।